ਅੱਜ ਅਸੀਂ ਆਪਣੀ ਪੰਜਾਬੀ ਪਾਠਮਾਲਾ ਸੁਨਹਿਰੀ ਸਵੇਰ ਵਿੱਚੋਂ ਪਾਠ 1 ਅਰਦਾਸ ਕਵਿਤਾ ਜੋ ਕਿ ਪੇਜ ਨੰਬਰ 10 ਤੇ ਹੈ ਬਾਰੇ ਪੜਾਂਗੇ ਇਸ ਕਵਿਤਾ ਵਿੱਚ ਕਵੀ ਵਿਦਿਆਰਥੀਆਂ ਨੂੰ ਸਵੇਰੇ ਉੱਠ ਕੇ ਰੱਬ ਦਾ ਨਾਮ ਲੈਣ ਲਈ ਕਹਿ ਰਿਹਾ ਹੈ ਬੱਚਿਓ ਅੱਜ ਅਸੀਂ ਇਸ ਕਵਿਤਾ ਦੇ ਪਹਿਲੇ ਪੈਰੇ ਬਾਰੇ ਜਾਣਕਾਰੀ ਲਵਾਂਗੇ ਪਹਿਲੇ ਪਹਿਰੇ ਦੀ ਵਿਆਖਿਆ ਕਰਨ ਤੋਂ ਪਹਿਲੇ ਆਓ ਅਸੀਂ ਇਸ ਪਹਿਰੇ ਨੂੰ ਪੜੀਏ ਬੱਚਿਓ ਆਓ ਮਿਲ ਕੇ ਕਰੀਏ ਅਰਦਾਸ ਕਮ ਹੋ ਜਾਣਗੇ ਸਾਰੇ ਰਾਸ ਨਾ ਵਾਹਿਗੁਰੂ ਦਾ ਲੈ ਕੇ ਦਿਨ ਦੀ ਸ਼ੁਰੂਆਤ ਕਰੀਏ ਫਿਰ ਕਿਤਾਬਾਂ ਖੋਲ ਪਿਆਰੀਆਂ ਪੜ੍ਹਾਈ ਕਰਨ ਬਹੀਏ ਆਓ ਬੱਚਿਓ ਪਹਿਲੇ ਅਸੀਂ ਔਖੇ ਸ਼ਬਦਾਂ ਬਾਰੇ ਜਾਣਕਾਰੀ ਲਈਏ ਅਰਦਾਸ ਬੇਨਤੀ ਪ੍ਰਯਤ ਕਮ ज वर्क रास सही क्रैक्ट वाहेगुरु रब का शुरुआत स्टार्ट किताबा बुक्स प्यारिया लवली बहीए बैठिए टू सिट बच्चों आओ इस कव सत्रा की व्याख्या करिए बच्चों आओ मिलके करिए अरदास काम हो जाएंगे सारे रास ਕਵੀ ਸਾਨੂੰ ਕਹਿ ਰਿਹਾ ਹੈ ਕਿ ਸਾਨੂੰ ਮਿਲ ਕੇ ਰੱਬ ਅਗੇ ਬੇਨਤੀ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਸਾਰੇ ਕੰਮ ਸਹੀ ਹੋ ਜਾਣ ਨਾ ਵਾਹੇ ਗੁਰੂ ਦਾ ਲੈ ਕੇ ਦਿਨ ਦੀ ਸ਼ੁਰੂਆਤ ਕਰੀਏ ਸਾਨੂੰ ਰੱਬ ਦਾ ਨਾਮ ਲੈ ਕੇ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਸਾਡੇ ਸਾਰੇ ਕੰਮ ਸ਼ੁਰੂ ਕਰਨੇ ਚਾਹੀਦੇ ਹਨ ਫਿਰ ਕਿਤਾਬਾਂ ਖੋਲ ਪਿਆਰੀਆਂ ਪੜ੍ਹਾਈ ਕਰਨ ਬਹੀਏ ਫੇਰ ਸਾਨੂੰ ਆਪਣੀਆਂ ਸੋਹਣੀਆਂ-ਸੋਹਣੀਆਂ ਕਿਤਾਬਾਂ ਖੋਲ੍ਹ ਕੇ ਪੜ੍ਹਨ ਲਈ ਬੈਠ ਜਾਣਾ ਚਾਹੀਦਾ ਹੈ ਬੱਚਿਓ ਤੁਸੀਂ ਇਸ ਪੈਰੇ ਨੂੰ ਯਾਦ ਕਰੋਗੇ ਅਤੇ ਔਖੇ ਸ਼ਬਦਾਂ ਦੀ ਦੁਹਰਾਇ ਕਰੋਗੇ